بسم اللہ الرحمن الرحیم اللهم صل علی محمد و علی محمد کما تحب و ترضا له ناظرین تے سامعین ایف ایم 95 تے لوک اسٹوڈیو والو عبدالمجید چٹھا تہاڈی خدمت وچ حاضر ہے سامعین اے پروگرام نبی رحمت دے نام توں منسوب ہے اور خاص طور تے میلاد شریف دے حوالے نال اقا علیہ الصلات و سلام دی میلاد شریف نال آپ دی ولادت با سعادت دے موقع تے रिकॉर्ड ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਅਬਦੁਲ ਮਜੀਦ ਛੱਟਾ ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਪਹਿਲੇ ਵੀ ਇਸ ਚੈਨਲ ਦੇ ਉੱਤੇ ਐਫ ਐਮ 95 ਤੇ ਕਈ ਵਾਰ ਸੁਣ ਚੁੱਕੇ ਹੋ ਮੈਂ ਤੁਹਾਨੂੰ ਆਪਣੀਆਂ ਲਿਖੀਆਂ ਹੋਈਆਂ ਪੰਜਾਬੀ ਦੀਆਂ ਨਾਤਾਂ ਤੇ ਹਮਦਾਂ ਸੁਣਾਵਾਂਗਾ ਤਹਿਤ ਲਫ਼ਜ਼ ਦੇ ਵਿੱਚ ਤੇ ਪਹਿਲੀ ਹਮਦ ਜਿਹੜੀ ਮੈਂ ਤੁਹਾਨੂੰ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਰਿਹਾ ਉਹ ذرا ਤੁਸੀਂ ਸੁਨੋ ਕਿ اے اے ਰਬ ਜ਼ੁਲ ਜਲਾਲ ਤੂੰ ਕਿਸਮਤ ਸੰਵਾਰ ਦੇ ਐ ਰੱਬ ਜ਼ੁਲ ਜਲਾਲ ਤੂੰ ਕਿਸਮਤ ਸੰਵਾਰ ਦੇ ਗਠੜੀ ਗਮਾਂ ਦੀ ਮੇਰੇ ਤੂੰ ਸਿਰ ਤੋਂ ਉਤਾਰ ਦੇ ਐ ਰੱਬ ਜ਼ੁਲ ਜਲਾਲ ਤੂੰ ਕਿਸਮਤ ਸੰਵਾਰ ਦੇ ਗਠੜੀ ਗਮਾਂ ਦੀ ਮੇਰੇ ਤੂੰ ਸਿਰ ਤੋਂ ਉਤਾਰ ਦੇ ਤੇਰੇ ਹਬੀਬ ਪਾਕ ਦਾ ਅਦਨਾ ਗੁਲਾਮ ਹਾਂ ਤੇਰੇ ਹਬੀਬ ਪਾਕ ਦਾ ਅਦਨਾ ਗੁਲਾਮ ਹਾਂ ਸਬਰੇ ਬਿਲਾਲ ਮੈਨੂੰ ਵੀ ਪਰਵਰਦੀਗਾਰ ਦੇ ਤੇਰੇ ਹਬੀਬ ਪਾਕ ਦਾ ਅਦਨਾ ਗੁਲਾਮ ਹਾਂ ਸਬਰੇ ਬਿਲਾਲ ਮੈਨੂੰ ਵੀ ਪਰਵਰਦੀਗਾਰ ਦੇ ਤੇ ਮੇਰੇ ਖੁਦਾ ਮੈਂ ਬੰਦਾ ਏ ਨਾ ਚੀਜ਼ ਨਾ ਤਵਾ ਮੇਰੇ ਖੁਦਾ ਮੈਂ ਬੰਦਾ ਏ ਨਾ ਚੀਜ਼ ਨਾ ਤਵਾ ਰਾਤਾਂ ਮੇਰੀ ਸਵਾਰ ਦੇ ਮੇਰੇ ਦਿਨ ਸਵਾਰ ਦੇ ਮੇਰੇ ਖੁਦਾ ਮੈਂ ਬੰਦਾ ਏ ਨਾ ਚੀਜ਼ ਨਾ ਤਵਾ ਰਾਤਾਂ ਮੇਰੀ ਸਵਾਰ ਦੇ ਮੇਰੇ ਦਿਨ ਸਵਾਰ ਦੇ ਤੇ ਵੇੜਾ ਮੇਰੇ ਮਕਾਨ ਦਾ ਤਰਸੇ ਬਹਾਰ ਨੂੰ ਵੇੜਾ ਮੇਰੇ ਮਕਾਨ ਦਾ ਤਰਸੇ ਬਹਾਰ ਨੂੰ ਫੁੱਲ ਬੂਟੀਆਂ ਨੂੰ ਮੌਲਾ ਤੂੰ ਹੁਸਨੇ ਬਹਾਰ ਦੇ ਵੇੜਾ ਮੇਰੇ ਮਕਾਨ ਦਾ ਤਰਸੇ ਬਹਾਰ ਨੂੰ ਫੁੱਲ ਬੂਟਿਆਂ ਨੂੰ ਮੌਲਾ ਤੂੰ ਹੁਸਨੇ ਬਹਾਰ ਦੇ ਤੇ ਯਾ ਰਬ ਸਿਆਹਕਾਰ ਦੇ ਅਮਲਾ ਨੂੰ ਵੇਖਣਾ ਯਾ ਰਬ ਸਿਆਹਕਾਰ ਦੇ ਅਮਲਾ ਨੂੰ ਵੇਖਣਾ ਰਹਿਮੋ ਕਰਮ ਦਾ ਅਬਰ ਤੂੰ ਰਹਿਮ ਰਹਿ ਯਾ ਰਬ ਸਿਆਹਕਾਰ ਦੇ ਅਮਲਾਂ ਨੂੰ ਵੇਖਨਾ ਰਹਿਮੋ ਕਰਮ ਦਾ ਅਬਰੇ ਕਰਮ ਤੂੰ ਉਤਾਰ ਦੇ ਯਾ ਰਬ ਸਿਆਹਕਾਰ ਦੇ ਅਮਲਾਂ ਨੂੰ ਵੇਖਨਾ ਯਾ ਰਬ ਸਿਆਹਕਾਰ ਦੇ ਅਮਲਾਂ ਨੂੰ ਵੇਖਨਾ ਰਹਿਮੋ ਕਰਮ ਦਾ ਅਬਰੇ ਕਰਮ ਤੂੰ ਉਤਾਰ ਦੇ ਤੇ ਤੇਰੀ ਰਜ਼ਾ ਦੇ ਸਾਹਮਣੇ मेरी मजाल की तेरी रजा दे सामने मेरी मजाल की कदमा च मुस्तफा दे तू मैनू पसार दे तेरी रजा दे सामने मेरी मजाल की कदमा च मुस्तफा दे तू मैनू पसार दे. ते तेरी खुदाई चार सू हर जर्रे जर्रे ते ਤੇਰੀ ਖੁਦਾਈ ਚਾਰ ਸੂ ਹਰ ਜ਼ਰਰੇ ਜ਼ਰਰੇ ਤੇ ਰੱਬੇ ਜਹਾਂ ਮਜੀਦ ਦਾ ਅੰਗ ਅੰਗ ਨਿਖਾਰ ਦੇ ਤੇਰੀ ਖੁਦਾਈ ਚਾਰ ਸੂ ਹਰ ਜ਼ਰਰੇ ਜ਼ਰਰੇ ਤੇ ਰੱਬੇ ਜਹਾਂ ਮਜੀਦ ਦਾ ਅੰਗ ਅੰਗ ਨਿਖਾਰ ਦੇ ਐ ਰੱਬ ਜ਼ੁਲ ਜਲਾਲ ਤੂੰ ਕਿਸਮਤ ਸਵਾਰ ਦੇ ਗਠੜੀ ਗਮਾਂ ਦੀ ਮੇਰੇ ਤੂੰ ਸਿਰ ਤੋਂ ਉਤਾਰ ਦੇ ਨਾਜ਼ਰੀਨੋ ਸਾਮੀਨ ਇਹ ਸੀ ਹਮਦ ਬਾਰੀ ਤਾਲਾ ਜਿਹੜੀ ਤੁਸੀਂ ਮੇਰੇ ਕੋਲ ਸੁਣੀ ਤੇ ਤੁਹਾਨੂੰ ਇੱਕ ਹੋਰ ਮੈਂ ਹਮਦ ਜਿਹੜੀ ਆ ਉਹ ਸੁਣਾਉਣ ਦੀ ਕੋਸ਼ਿਸ਼ ਕਰਨਾ ਖੁਦਾ ਦੀ ਮਰਜ਼ੀ ਦੇ ਬਾਝੋਂ ਮੈਂ ਸਾਥੇ ਪਰ ਨਹੀਂ ਸਕਦਾ ਖੁਦਾ ਦੀ ਮਰਜ਼ੀ ਦੇ ਬਾਝੋਂ ਮੈਂ ਸਾਥੇ ਪਰ ਨਹੀਂ ਸਕਦਾ ਇਹ ਆਵੇ ਭਾਵੇਂ ਨਾ ਆਵੇ ਗਿਲਾਤੇ ਕਰ ਨਹੀਂ ਸਕਦਾ ਖੁਦਾ ਦੀ ਮਰਜ਼ੀ ਦੇ ਬਾਝੋਂ ਮੈਂ ਸਾਥੇ ਪਰ ਨਹੀਂ ਸਕਦਾ ਇਹ ਆਵੇ ਭਾਵੇਂ ਨਾ ਆਵੇ ਗਿਲਾਤੇ ਕਰ ਨਹੀਂ ਸਕਦਾ ਇਲਾਹੀ ਵਾਸਤੇ ਜੋ ਜਾਨ ਦੀ ਕੁਰਬਾਨੀ ਦੇਂਦਾ ਏ ਇਲਾਹੀ ਵਾਸਤੇ ਜੋ ਜਾਨ ਦੀ ਕੁਰਬਾਨੀ ਦੇਂਦਾ ਏ ਸਦਾਈ ਜ਼ਿੰਦਾ ਰਹਿੰਦਾ ਏ ਜਹਾਂ ਤੇ ਮਰ ਨਹੀਂ ਸਕਦਾ ਇਲਾਹੀ ਇਲਾਹੀ ਵਾਸਤੇ ਜੋ ਜਾਨ ਦੀ ਕੁਰਬਾਨੀ ਦਿੰਦਾ ਏ ਸਦਾਈ ਜ਼ਿੰਦਾ ਰਹਿੰਦਾ ਏ ਜਹਾਂ ਤੇ ਮਰ ਨਹੀਂ ਸਕਦਾ ਤੇ ਨਿਗਾਹਾਂ ਨਾਲ ਹੱਥਾਂ ਤੇ ਜ਼ਬਾਨੀ ਮੰਗ ਰੱਬ ਕੋ ਲੋ ਨਿਗਾਵਾਂ ਨਾਲ ਹੱਥਾਂ ਤੇ ਜ਼ੁਬਾਨੀ ਮੰਗ ਰੱਬ ਕੋ ਲੋ ਸਿਵਾ ਉਸ ਦੇ ਤੇਰੀ ਝੋਲੀ ਤੇ ਕੋਈ ਭਰ ਨਹੀਂ ਸਕਦਾ ਨਿਗਾਵਾਂ ਨਾਲ ਹੱਥਾਂ ਤੇ ਜ਼ੁਬਾਨੀ ਮੰਗ ਰੱਬ ਕੋ ਲੋ ਸਿਵਾ ਉਸ ਦੇ ਤੇਰੀ ਝੋਲੀ ਤੇ ਕੋਈ ਭਰ ਨਹੀਂ ਸਕਦਾ ਸਮੁੰਦਰ ਜ਼ਿੰਦਗਾਨੀ ਦਾ ਰਵੇ ਤੁਗਿਆਨੀਆਂ ਅੰਦਰ ਸਮੁੰਦਰ ਜ਼ਿੰਦਗਾਨੀ ਦਾ ਰਵੇ ਤੁਗੀਆਂ ਨੀਆਂ ਅੰਦਰ ਨਾ ਹੋਵੇ ਜੇ ਕਰਮ ਰੱਬ ਦਾ ਨਾ ਹੋਵੇ ਜੇ ਕਰਮ ਰੱਬ ਦਾ ਕੋਈ ਵੀ ਤਰ ਨਹੀਂ ਸਕਦਾ ਤੇ ਕਰੇ ਜੋ ਪਿਆਰ ਰੱਬ ਸੋਨੇ ਕਰੇ ਜੋ ਪਿਆਰ ਰੱਬ ਸੋਨੇ ਨੂੰ ਜੰਨਤ ਕਰੇ ਜੋ ਪਿਆਰ ਰੱਬ ਸੋਂ ਨੇ ਨੂੰ ਜਿੱਤ ਲੈਂਦਾ ਜ਼ਮਾਨੇ ਨੂੰ ਕਰੇ ਜੋ ਪਿਆਰ ਰੱਬ ਸੋਂ ਨੇ ਨੂੰ ਜਿੱਤ ਲੈਂਦਾ ਜ਼ਮਾਨੇ ਨੂੰ ਸਹਾਰੇ ਜੋ ਚਲੇ ਰੱਬ ਦੇ ਉਹ ਬੰਦਾ ਹਰ ਨਹੀਂ ਸਕਦਾ ਕਰੇ ਜੋ ਪਿਆਰ ਰੱਬ ਸੋਂ ਨੇ ਨੂੰ ਜਿੱਤ ਲੈਂਦਾ ਜ਼ਮਾਨੇ ਨੂੰ ਕਰੇ ਜੋ ਪਿਆਰ ਰੱਬ ਸੋਂ ਨੇ ਨੂੰ ਜਿੱਤ ਲੈ ਕਰੇ ਜੋ ਪਿਆਰ ਰੱਬ ਸੋਂ ਨੇ ਨੂੰ ਕਰੇ ਜੋ ਪਿਆਰ ਰੱਬ ਸੋਨੇ ਨੂੰ ਜਿੱਤ ਲੈਂਦਾ ਜ਼ਮਾਨੇ ਨੂੰ ਸਹਾਰੇ ਜੋ ਚਲੇ ਰੱਬ ਦੇ ਉਹ ਬੰਦਾ ਹਰ ਨਹੀਂ ਸਕਦਾ ਮਜੀਦ आले ਮੁਹੰਮਦ ਦੇ ਤੈਨੂੰ ਸਦਕੇ ਖੁਦਾ ਦੇਵੇ ਮਜੀਦ आले ਮੁਹੰਮਦ ਦੇ ਸੱਲਾਹੁ ਅਲੈ ਹਿ ਵੈ ਸੱਲਮ ਮਜੀਦ आले ਮੁਹੰਮਦ ਦੇ ਤੈਨੂੰ ਸਦਕੇ ਖੁਦਾ ਦੇਵੇ ਕਦੇ ਗਹਿਰਾ ਤੂੰ ਮੰਗਨ ਦੀ ਤੂੰ ਹਿੰਮਤ ਕਰ ਨਹੀਂ ਸਕਦਾ ਮਜੀਦ आले ਮੁਹੰਮਦ ਦੇ ਮਜੀਦ आले ਮੁਹੰਮਦ ਦੇ ਤੈਨੂੰ ਸਦਕੇ ਖੁਦਾ ਦੇਵੇ ਕਦੇ ਗਹਿਰਾ ਤੂੰ ਮੰਗਨੇ ਦੀ ਤੂੰ ਹਿੰਮਤ ਕਰ ਨਹੀਂ ਸਕਦਾ ਸਮੁੰਦਰ ਸਮੁੰਦਰ ਜ਼ਿੰਦਗਾਨੀ ਦਾ ਰਵੇ ਤੋ ਗਿਆਨੀਆਂ ਅੰਦਰ ਸਮੁੰਦਰ ਜ਼ਿੰਦਗਾਨੀ ਦਾ ਰਵੇ ਤੋਗੀਆਂ ਆਂਆਂ ਅੰਦਰ ਨਾ ਹੋਵੇ ਜੇ ਕਰਮ ਰੱਬ ਦਾ ਕੋਈ ਵੀ ਤਰ ਨਹੀਂ ਸਕਦਾ ਨਿਗਾਹਾਂ ਨਾਲ ਹੱਥਾਂ ਤੇ ਜ਼ੁਬਾਨੀ ਮੰਗ ਰੱਬ ਕੋ ਲੋ ਸਿਵਾ ਉਸ ਦੇ ਤੇਰੀ ਝੋਲੀ ਕੋਈ ਵੀ ਪਰ ਨਹੀਂ ਸਕਦਾ ਖੁਦਾ ਦੀ ਮਰਜ਼ੀ ਦੇ ਬਾਝੋਂ ਮੈਂ ਸਾਥੇ ਪਰ ਨਹੀਂ ਸਕਦਾ ਇਹ ਆਵੇ ਭਾਵੇਂ ਨਾ ਆਵੇ ਗਿਲਾ ਤੇ ਕਰ ਨਹੀਂ ਸਕਦਾ ਲੋ ਜੀ ਤੁਸੀਂ ਇਹ ਦੂਸਰੀ ਹਮਦ ਸੁਣੀ ਤੇ ਹੁਣ ਇਕਨਾਤ ਨਬੀ ਸੱਲੱਲਾਹੁ ਅਲੈਹਿ ਵਅਲਿ ਸੱਲਮ ਦੀ ਚੋਂ ਕਿ ਮਿਲਾਦ ਪਾਕ ਦਾ ਇਹ ਮਹੀਨਾ ਹੈ ਬੜੇ ਪਿਆਰੇ ਤੇ ਖੁਸ਼ਬੂਆਂ ਦੇ ਨਾਲ ਭਰੇ ਹੋਏ ਦਿਨ ਜਿਹੜੇ ਗੁਜ਼ਰ ਰਹੇ ਨੇ ਤੇ ਉਸ ਦੇ ਬਾਰੇ ਵਿੱਚ ਮੈਂ ਨਬੀ ਸੱਲੱਲਾਹੁ ਅਲੈਹਿ ਵਅਲਿ ਸੱਲਮ ਦੀ ਆਮਦ ਦੇ ਬਾਰੇ ਲਿਖਿਆ ਹੈ ਕਿ ਸੈਯਦੀ ਅਹਿਮਦ ਦੁਲਾਰਾ ਆ ਗਿਆ ਸੈਯਦੀ ਅਹਿਮਦ ਦੁਲਾਰਾ ਆ ਗਿਆ ਸਾਡੀਆਂ ਅੱਖੀਆਂ ਦਾ ਤਾਰਾ ਆ ਗਿਆ ਸੈਯਦੀ ਅਹਿਮਦ ਦੁਲਾਰਾ ਆ ਗਿਆ ਸਾਡੀਆਂ ਅੱਖੀਆਂ ਦਾ ਤਾਰਾ ਆਗ ਗਿਆ ਆ ਗਿਆ ਸੈਯਦੀ ਅਹਿਮਦ ਦੁਲਾਰਾ ਆ ਗਿਆ ਸਾਡੀਆਂ ਅੱਖੀਆਂ ਦਾ ਤਾਰਾ ਆ ਗਿਆ ਤੇ ਭਾਗ ਜਾਗੇ ਉਮਮਤ ਮੁਖਤਾਰ ਦੇ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਭਾਗ ਜਾਗੇ ਉਮਤ ਮੁਖਤਾਰ ਦੇ ਸਾਰੀ ਉਮਤ ਦਾ ਸਹਾਰਾ ਆ ਗਿਆ ਭਾਗ ਜਾਗੇ ਉਮਤ ਮੁਖਤਾਰ ਦੇ ਸਾਰੀ ਉਮਤ ਦਾ ਸਹਾਰਾ ਆ ਗਿਆ ਗਮ ਮਿਟਾਏ ਦੁਨੀਆ ਤੋਂ ਗਮ ਖਾਰ ਨੇ ਗਮ ਮਿਟਾਏ ਦੁਨੀਆ ਤੋਂ ਗਮ ਖਾਰ ਨੇ ਜਿਹੜਾ ਇਹ ਦੁਨੀਆ ਤੋਂ ਪਿਆਰਾ ਆ ਗਿਆ ਗਮ ਮਿਟਾਏ ਦੁਨੀਆ ਤੋਂ ਗਮ ਖਾਰ ਨੇ ਜਿਹੜਾ ਏ ਦੁਨੀਆ ਤੋਂ ਪਿਆਰਾ ਆ ਗਿਆ ਤੇ ਸਭ ਯਤੀਮਾਂ ਤੇ ਗਰੀਬਾਂ ਵਾਸਤੇ ਸਭ ਯਤੀਮਾਂ ਤੇ ਗਰੀਬਾਂ ਵਾਸਤੇ ਬਨ ਕੇ ਇੱਕ ਜੀਵਨ ਕਨਾਰਾ ਆ ਗਿਆ ਸਭ ਯਤੀਮਾਂ ਤੇ ਗਰੀਬਾਂ ਵਾਸਤੇ ਬਨ ਕੇ ਇੱਕ ਜੀਵਨ ਕਨਾਰਾ ਆ ਗਿਆ ਤੇ ਲੋਰੀ ਦੇਵਨ सय्यदा ਦੇ ਲਾਲ ਨੂੰ ਲੋਰੀ ਦੇਵਨ सय्यदा ਦੇ ਲਾਲ ਨੂੰ ਕਾਫਲਾ ਹੂਰਾਂ ਦਾ ਸਾਰਾ ਆ ਗਿਆ ਲੋਰੀ ਦੇਵਨ सय्यदा ਦੇ ਲਾਲ ਨੂੰ ਕਾਫਲਾ ਹੂਰਾਂ ਦਾ ਸਾਰਾ ਆ ਗਿਆ ਤੇ सय्यਦੇ ਲਾਉਲਾਕ ਕੀ ਆਏ ਮਜੀਦ सय्यਦੇ ਲਾਉਲਾਕ ਕੀ ਆਏ ਮਜੀਦ ਨੂਰ ਦਾ ਰੋਸ਼ਨ ਮਿਨਾਰਾ ਆ ਗਿਆ ਸੈਯਦ ਲੌਲਾਕ ਕੀ ਆਏ ਮਜੀਦ ਨੂਰ ਦਾ ਰੋਸ਼ਨ ਮਿਨਾਰਾ ਆ ਗਿਆ ਤੇ ਸੈਯਦੀ ਅਹਿਮਦ ਦੁਲਾਰਾ ਆ ਗਿਆ ਸਾਡੀਆਂ ਅੱਖੀਆਂ ਦਾ ਤਾਰਾ ਆ ਗਿਆ ਤੇ ਭਾਗ ਜਾਗੇ ਉਮਤ ਮੁਖਤਾਰ ਦੇ ਭਾਗ ਜਾਗੇ ਉਮਤ ਮੁਖਤਾਰ ਦੇ ਸਾਰੀ ਉਮਤ ਦਾ ਸਹਾਰਾ ਆ ਗਿਆ ਗਮ ਮਿਟਾਏ ਦੁਨੀਆ ਤੋਂ ਗਮ ਖਾਰ ਨੇ ਗਮ ਮਿਟਾਏ ਦੁਨੀਆ ਤੋਂ ਗਮ ਖਾਰ ਨੇ ਜਿਹੜਾ ਇਹ ਦੁਨੀਆ ਤੋਂ ਪਿਆਰਾ ਆ ਗਿਆ ਤੇ ਸਭ ਯਤੀਮਾਂ ਤੇ ਗਰੀਬਾਂ ਵਾਸਤੇ ਸਭ ਯਤੀਮਾਂ ਤੇ ਗਰੀਬਾਂ ਵਾਸਤੇ ਬਨ ਕੇ ਇੱਕ ਜੀਵਨ ਕਿਨਾਰਾ ਆ ਗਿਆ ਲੋਰੀ ਦੇਵਨ ਸਯਦਾ ਦੇ ਲਾਲ ਨੂੰ ਕਾਫਲਾ ਹੂ ਰਾਂਦਾ ਸਾਰਾ ਆ ਗਿਆ ਲੋਰੀ ਦੇਵਨ ਸਯਦਾ ਦੇ ਲਾਲ ਨੂੰ ਕਾਫਲਾ ਹੂ ਰਾਂਦਾ ਕਾਫਲਾ ਹੂ ਰਾਂਦਾ ਸਾਰਾ ਆ ਗਿਆ ਤੇ ਸਯਦ ਏ ਲਾਉਲਾਕ ਕੀ ਆਏ ਮਜੀਦ ਨੂਰਦਾਰੋਸ਼ਨ ਮਿਨਾਰਾ ਆ ਗਿਆ ਸਾਮੀਨ ਤੇ ਨਾਜ਼ਰੀਨ ਇਹ ਤੁਸੀਂ ਨਾਤ मेरे को सुनी यह नबी सल वसलम की आमद खास के बारे ये लिखी गई है इसके बाद हूँ हजूर सलि वसल्लम दी आमद के होर एक नात में थोन तो सुना अर्ज किया कि मैं लिखना जेडी भी सनाए मुहम्मद सल अह वसलम मैं लिखना वहाँ जेड़ी सनाए मुहम्मद सुनो लोगो ऐ ज अए मुहम्मद मैं लिखना व जेड़ी सनाए मुहम्मद सुनो लोगो अताए मुहम्मद मुजम्मल मुदसर बने आका तोहा सल्लाही वसलम मुजम्मल मुदसर बने आका तोहा बड़ी प्यारी है हर अदाए मुहम्मद अलैहि वसल्लम मुजम्मल मुदसर मुज़म्मिल मुदसर बने आका बड़ी प्यारी है हर अदाय मुहम्मद ते अजाना नमाज़ा जहादा च हूनवी अजाना नमाज़ा जहादा च हूनवी पई आ रही है सदाए मुहम्मद अजाना नमाज़ँ जहादा हुनवी पई आ रही है सद मुहमद सल्ला वसलम ਤੇ ਜ਼ਮਾਨੇ ਦੀ ਕਿਸਮਤ ਤੇ ਲਹਿਰਾ ਰਿਹਾ ਏ ਜ਼ਮਾਨੇ ਦੀ ਕਿਸਮਤ ਤੇ ਲਹਿਰਾ ਰਿਹਾ ਏ ਹਮੇਸ਼ਾ ਤੋਂ ਸੋਨਾ ਲਵਾਏ ਮੁਹੰਮਦ ਜ਼ਮਾਨੇ ਦੀ ਕਿਸਮਤ ਤੇ ਲਹਿਰਾ ਰਿਹਾ ਏ ਹਮੇਸ਼ਾ ਤੋਂ ਸੋਨਾ ਲਵਾਏ ਮੁਹੰਮਦ ਤੇ ਅਸੀਰਾ ਕਨੀਜ਼ਾਂ ਯਤੀਮਾਂ ਅਜ ਤੱਕ ਅਸੀਰਾ ਕਨੀਜ਼ਾਂ ਯਤੀਮਾਂ ਅਜ ਤੱਕ ਬڑا ਸਾਇਆ ਦੇਵੇ ਰਿਦਾਇ ਮੁਹੰਮਦ ਅਸੀਰਾ ਕਨੀਜ਼ਾਂ ਯਤੀਮਾਂ ਨੂੰ ਅੱਜ ਤੱਕ ਬڑا ਸਾਇਆ ਦੇਵੇ ਰਿਦਾਇ ਮੁਹੰਮਦ ਸੱਲੱਲਾਹੁ ਅਲੈਹ ਵਅਲਿ ਸੱਲਮ ਤੇ ਮਕਤਾਏ ਕੇ ਮਜੀਦ ਆਪਣੀ ਕਿਸਮਤ ਮਜੀਦ ਆਪਣੀ ਕਿਸਮਤ ਵੀ ਨਹੀਂ ਸਾਥ ਦਿੰਦੀ ਮਜੀਦ ਆਪਣੀ ਕਿਸਮਤ ਵੀ ਨਹੀਂ ਸਾਥ ਦਿੰਦੀ ਨਾ ਬਿਗੜੀ ਜਦੋਂ ਤੱਕ ਬਣਾਏ ਮੁਹੰਮਦ ਮਜੀਦ ਆਪਣੀ ਕਿਸਮਤ ਵੀ ਨਹੀਂ ਸਾਥ ਦਿੰਦੀ ਨਾ ਵਿਗੜੀ ਜਦੋਂ ਤੱਕ ਬਣਾਏ ਮੁਹੰਮਦ ਮਜੀਦ ਆਪਣੀ ਕਿਸਮਤ ਵੀ ਨਹੀਂ ਸਾਥ ਦਿੰਦੀ ਨਾ ਵਿਗੜੀ ਜਦੋਂ ਤੱਕ ਮਜੀਦ ਆਪਣੀ ਕਿਸਮਤ ਵੀ ਨਹੀਂ ਸਾਥ ਦਿੰਦੀ ਨਾ ਵਿਗੜੀ ਜਦੋਂ ਤੱਕ ਬਣਾਏ ਮੁਹੰਮਦ ਮੈਂ ਲਿਖਣਾ ਵਾ ਜਿਹੜੀ ਸਨਾਏ ਮੁਹੰਮਦ ਸੁਨੋ ਲੋਗੋ ਇਹ ਜੇ ਅਤਾਏ ਮੁਹੰਮਦ ਸੱਲੱਲਾਹੁ ਅਲੈহি ਵਅਲੈহি ਵਸੱਲਮ नाजरीन उसामीन नबी अलैहि अल वसलम दी नाते मुबारक लिखन तो पहले अल्लाह रबुल इज़त के हज़ार बार दुआ करना कि बारी तला या बारी तला मेरे को लो कोई गलती कुताही ना हो जाए और उस उन्हलतिया तो कुताह कुताही तो इंसान पाक तो नहीं है लेकिन मेरी हतल मकदूर कोशिश यही हूँ मैं पूरी कोशिश करा कि नबी सल अला वसलम के मुकाम मद्देनज़र आके तैनात लिखा ਬਲਕਿ ਮੈਂ ਨਾਤ ਲਿਖਣਾ ਲਿਖਦਾ ਤੇ ਹੈ ਕੋਈ ਨਹੀਂ ਅੱਲਾ ਸੋਹਣਾ ਹੀ ਮੈਨੂੰ ਅਲਫਾਜ਼ عطا ਕਰਦਾ ਹੈ ਮੇਰੀ ਇੱਕ ਡਿਊਟੀ ਲੱਗੀ ਹੈ ਕਿ ਮੈਂ ਲਫ਼ਜ਼ਾਂ ਨੂੰ ਮਹਿਫੂਜ਼ ਕਰੀ ਜਾਂਦਾ ਹਾਂ ਤੇ ਨਾਤ ਜਿਹੜੀ ਮੈਂ ਲਿਖੀ ਹੈ ਇਸੇ ਸੋਚ ਨੂੰ ਮੱਦੇ ਨਜ਼ਰ ਰੱਖ ਕੇ ਉਹਦਾ ਤੁਸੀਂ ਵੀ ਸੁਣੋ ਕਿ ਪਹਿਲੇ ਤੇ ਆਪਣੀ ਸੋਚਾਂ ਨੂੰ ਤਤਹੀਰ ਦੇ ਲਈ ਪਹਿਲੇ ਤੇ ਆਪਣੀ ਸੋਚਾਂ ਨੂੰ ਤਤਹੀਰ ਦੇ ਲਈ ਫਿਰ ਨਾਤ ਵਾਲੇ ਲਫ਼ਜ਼ਾਂ ਨੂੰ ਤਹਿਰੀਰ ਦੇ ਲਈ ਤੇ منظر ਮਦੀਨੇ پاک ਦੇ ਅੱਖਾਂ ਚ ਆਏ ਸਨ منظر ਮਦੀਨੇ پاک ਦੇ ਅੱਖਾਂ ਚ ਆਏ ਸਨ ਅੱਖਾਂ ਨੂੰ ਉਹਨਾਂ ਥਾਵਾਂ ਦੀ ਅੱਖਾਂ ਨੇ ਉਹਨਾਂ ਥਾਵਾਂ ਨੂੰ ਤਸਵੀਰ ਦੇ ਲਈ ਪਹਿਲੇ ਤੇ ਆਪਣੀ ਸੋਚਾਂ ਨੂੰ ਤਤਹੀਰ ਦੇ ਲਈ ਫਿਰ ਨਾਤ ਵਾਲੇ ਲਫ਼ਜ਼ਾਂ ਨੂੰ ਤਹਿਰੀਰ ਦੇ ਲਈ ਮੰਜ਼ਰ ਮਦੀਨੇ ਪਾਕ ਦੇ ਅੱਖਾਂ 'ਚ ਆਏ ਸਨ ਮੰਜ਼ਰ ਮਦੀਨੇ ਪਾਕ ਦੇ ਅੱਖਾਂ 'ਚ ਆਏ ਸਨ ਅੱਖਾਂ ਨੇ ਉਹਨਾਂ ਥਾਵਾਂ ਨੂੰ ਤਸਵੀਰ ਦੇ ਲਈ ਤੇ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਵਿੱਚ ਸਮਾਈਏ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਵਿੱਚ ਸਮਾਈਏ ਸੀਨੇ ਚੋਂ ਨਿਕਲੀ ਹਾਵਾਂ ਨੂੰ ਜ਼ੰਜੀਰ ਦੇ ਲਈ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਵਿੱਚ ਸਮਾਈਏ ਜਾਲੀ ਨਬੀ ਦੀ ਰੋਜ਼ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਵਿੱਚ ਸਮਾਈਏ ਸੀਨੇ ਚੋਂ ਨਿਕਲੀ ਹਾਵਾਂ ਨੂੰ ਜ਼ੰਜੀਰ ਦੇ ਲਈ ਤੇ ਆਪਣੇ ਸੁਖਨ ਨੂੰ ਬਾਏ ਸੇ ਇਜ਼ਾਜ਼ ਕਰ ਲਿਆ ਆਪਣੇ ਸੁਖਨੂ ਬਾਈ ਸੇ ਇਜ਼ਾਜ਼ ਕਰ ਲਿਆ ਲੈ ਕੇ ਦਰੈ ਰਸੂਲ ਤੋਂ ਤਾਸੀਰ ਦੇ ਲਈ ਆਪਣੇ ਸੁਖਨੂ ਬਾਈ ਸੇ ਇਜ਼ਾਜ਼ ਕਰ ਲਿਆ ਲੈ ਕੇ ਦਰੈ ਰਸੂਲ ਤੋਂ ਤਾਸੀਰ ਦੇ ਲਈ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਣ ਦੇ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਣ ਦੇ ਚੌਖੜ ਤੋਂ ਲੈ ਕੇ ਉਹਨਾਂ ਨੂੰ ਤਾਬੀਰ ਦੇ ਲਈ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਣ ਦੇ ਚੌਖੜ ਤੋਂ ਲੈ ਕੇ ਉਹਨਾਂ ਨੂੰ ਤਾਬੀਰ ਦੇ ਲਈ ਤੇ ਦਿਲ ਤੇ ਮਜੀਦ ਕਾਲਾ ਸੀ ਪਰ ਉੱਥੇ ਜਾ ਕੇ ਹੀ ਦਿਲ ਤੇ ਮਜੀਦ ਕਾਲਾ ਸੀ ਪਰ ਉੱਥੇ ਜਾ ਕੇ ਹੀ ਲੈ ਕੇ ਮਦੀਨੇ ਵਾਲੇ ਤੋਂ تنویر دے ਲਈ ਦਿਲ ਤੇ ਮਜੀਦ ਕਾਲਾ ਸੀ ਪਰ ਉੱਥੇ ਜਾ ਕੇ ਹੀ ਲੈ ਕੇ ਮਦੀਨੇ ਵਾਲੇ ਤੋਂ ਤਨਵੀਰ ਦੇ ਲਈ ਤੇ ਪਹਿਲੇ ਤੇ ਆਪਣੀ ਸੋਚਾਂ ਨੂੰ ਤਤਹੀਰ ਦੇ ਲਈ ਫਿਰ ਨਾਤ ਵਾਲੇ ਲਫ਼ਜ਼ਾਂ ਨੂੰ ਤਹਿਰੀਰ ਦੇ ਲਈ ਮਨਜ਼ਰ ਮਦੀਨੇ ਪਾਕ ਦੇ ਅੱਖਾਂ 'ਚ ਆਏ ਸਨ ਮਨਜ਼ਰ ਮਦੀਨੇ ਪਾਕ ਦੇ ਅੱਖਾਂ 'ਚ ਆਏ ਸਨ ਅੱਖਾਂ ਨੇ ਉਹਨਾਂ ਥਾਵਾਂ ਨੂੰ ਤਸਵੀਰ ਦੇ ਲਈ ਤੇ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਚ ਸਮਾਈ ਏ ਜਾਲੀ ਨਬੀ ਦੇ ਰੋਜ਼ੇ ਦੀ ਦਿਲ ਚ ਸਮਾਈ ਏ ਸੀਨੇ ਜੋ ਨਿਕਲੀ ਹਵਾ ਨੂੰ ਜ਼ੰਜੀਰ ਦੇ ਲਈ ਤੇ ਆਪਣੇ ਸੁਖਨੂ ਬਾਈ ਸੇ ਇਜ਼ਹਾਸ ਕਰ ਲਿਆ ਆਪਣੇ ਸੁਖਨੂ ਬਾਈ ਸੇ ਇਜ਼ਹਾਸ ਕਰ ਲਿਆ ਲੈ ਕੇ ਦਰ ਰਸੂਲ ਤੋਂ ਤਾਸੀਰ ਦੇ ਲਈ ਤੇ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਨ ਦੇ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਣ ਦੇ ਚੌਖਟ ਚੌਕਟ ਤੇ ਲੈ ਕੇ ਉਹਨਾਂ ਨੂੰ ਤਾਬੀਰ ਦੇ ਲਈ ਜਿਹੜੇ ਵੀ ਖਾਬ ਵੇਖੇ ਸੀ ਰੋਜ਼ੇ ਤੇ ਜਾਣ ਦੇ ਚੌਖਟ ਤੋਂ ਲੈ ਕੇ ਉਹਨਾਂ ਨੂੰ ਤਾਬੀਰ ਦੇ ਲਈ ਦਿਲ ਤੇ ਮਜੀਦ ਕਾਲਾ ਸੀ ਦਿਲ ਤੇ ਮਜੀਦ ਕਾਲਾ ਸੀ ਪਰ ਉੱਥੇ ਜਾ ਕੇ ਹੀ ਲੈ ਕੇ ਮਦੀਨੇ ਵਾਲੇ ਤੋਂ تنویر ਦੇ ਲਈ ਤੇ ਪਹਿਲੇ ਤੇ ਆਪਣੇ ਸੋਚਾਂ ਨੂੰ ਤਤਹੀਰ ਦੇ ਲਈ ਫਿਰ ਨਾਤ ਵਾਲੇ ਲਫਜ਼ਾਂ ਨੂੰ ਤਹਰੀਰ ਦੇ ਲਈ ਅਲਹਮਦੁਲਿਲਾ ਮਾਸ਼ਾਅੱਲਾ ਲੋ ਜੀ ਹੁਣ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸੋਨੇ ਸ਼ਾਇਰ ਦੇ ਬਾਰੇ ਉਹਨਾਂ ਸੋਹਣੀਆਂ ਗਲੀਆਂ ਦੇ ਬਾਰੇ ਕੁਝ ਲਫ਼ਜ਼ ਲਿਖੇ ਨੇ ਉਹ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨਾ ਕਿ ਮੈਨੂੰ ਧਰਤੀ ਸਹਰਾ ਚੰਗੇ ਲੱਗਦੇ ਨੇ ਮੈਨੂੰ ਧਰਤੀ ਸਹਰਾ ਚੰਗੇ ਲੱਗਦੇ ਨੇ ਜਿੱਥੇ ਮੇਰੇ ਆਕਾ ਸੋਨੇ ਵਸਦੇ ਨੇ ਮੈਨੂੰ ਧਰਤੀ ਸਹਰਾ ਚੰਗੇ ਲੱਗਦੇ ਨੇ ਜਿੱਥੇ ਮੇਰੇ ਆਕਾ ਸੋਨੇ ਵਸਦੇ ਨੇ ਮੈਂ ਉਹ ਧਰਤੀ ਅੱਖੀਂ ਤੱਕਣਾ ਚਾਹਨਾ ਵਾਂ ਮੈਂ ਉਹ ਧਰਤੀ ਅੱਖੀਂ ਤੱਕਣਾ ਚਾਹਨਾ ਵਾਂ ਜਿਸ ਨੂੰ ਸਾਰੇ ਅਰਸ਼ਾਂ ਵਾਲੇ ਤੱਕਦੇ ਨੇ ਮੈਂ ਉਹ ਧਰਤੀ ਅਖੀਂ ਤੱਕਣਾ ਚਾਹਾਂ ਵਾਂ ਜਿਸ ਨੂੰ ਸਾਰੇ ਅਰਸ਼ਾਂ ਵਾਲੇ ਤੱਕਦੇ ਨੇ ਤੇ ਮੰਗਣਾ ਚਾਹਾਂ ਮੈਂ ਵੀ ਉਹਨਾਂ ਗਲੀਆਂ ਵਿੱਚ ਮੰਗਣਾ ਚਾਹਾਂ ਮੈਂ ਵੀ ਉਹਨਾਂ ਗਲੀਆਂ ਵਿੱਚ ਜਿੱਥੇ ਲੋਕੀ ਜਾ ਕੇ صدਕੇ ਮੰਗਦੇ ਨੇ ਮੰਗਣਾ ਚਾਨਾ ਮੈਂ ਵੀ ਉਹਨਾਂ ਗਲੀਆਂ 'ਚ ਮੰਗਣਾ ਚਾਨਾ ਮੈਂ ਵੀ ਉਹਨਾਂ ਗਲੀਆਂ 'ਚ ਜਿੱਥੇ ਲੋਕੀ ਜਾ ਕੇ ਸਦਕੇ ਮੰਗਦੇ ਨੇ ਤੇ ਸਾਰਾ ਤੈਬਾ ਮਸਜਿਦ-ਏ-ਨਬੀ ਬਨਿਆ ਹੋਇਆ ਏ ਸਾਰਾ ਤੈਬਾ ਮਸਜਿਦ ਬਨਿਆ ਹੋਇਆ ਏ ਸਾਰਾ ਤੈਬਾ ਮਸਜਿਦ ਬਨਿਆ ਹੋਇਆ ਏ ਥਾਂ-ਥਾਂ ਉੱਤੇ ਲੋਕੀ ਸਜਦੇ ਕਰਦੇ ਨੇ ਸਾਰਾ ਤੈਬਾ ਮਸਜਿਦ ਬਨਿਆ ਹੋਇਆ ਏ ਥਾਂ ਥਾਂ ਉੱਤੇ ਲੋਕੀ ਸਜਦੇ ਕਰਦੇ ਨੇ ਤੇ ਬਖਤਾ ਵਾਲੇ ਲੋਕੀ ਉੱਥੇ ਰਹਿੰਦੇ ਨੇ ਬਖਤਾ ਵਾਲੇ ਲੋਕੀ ਉੱਥੇ ਰਹਿੰਦੇ ਨੇ ਰੋੜੇ ਮਿੱਟੀ ਪੱਥਰ ਉੱਥੇ ਜਗਦੇ ਨੇ ਬਖਤਾ ਵਾਲੇ ਲੋਕੀ ਉੱਥੇ ਰਹਿੰਦੇ ਨੇ ਰੋੜੇ ਮਿੱਟੀ ਪੱਥਰ ਉਥੇ ਜਗਦੇ ਨੇ ਤੇ ਮੈਨੂੰ ਧਰਤੀ ਸਹਰਾ ਚੰਗੇ ਲੱਗਦੇ ਨੇ ਜਿੱਥੇ ਮੇਰੇ ਆਕਾਸ਼ੋ ਨੇ ਵਸਦੇ ਨੇ ਅਲਹਮਦੁਲਿਲਾ ਸਾਹਮਣ ਤੁਸੀਂ ਐਫ ਐਮ 95 ਤੋਂ ਬਰਾਹਿਰਾਸਤ ਅਬਦਲ ਮਦੀ ਚਠਾ ਕੋਲੋਂ ਉਨਾਂ ਦੀਆਂ ਲਿਖੀਆਂ ਮੇਰੀਆਂ ਲਿਖੀਆਂ ਅਬਦੁਲ ਮਜੀਦ ਛੱਠਾ ਕੋਲੋਂ ਉਹਦੀਆਂ ਲਿਖੀਆਂ ਹੋਈਆਂ ਨਾਤਾਂ ਜਿਹੜੀਆਂ ਤੁਸੀਂ ਨਾਤਾਂ ਤੇ ਹਮਦਾ ਸੁਣ ਰਹੇ ਹੋ ਤੇ ਮੈਂ ਖੁਦ ਬਜ਼ਾਤੇ ਖੁਦ ਅਬਦੁਲ ਮਜੀਦ ਛੱਠਾ ਤੁਹਾਡੀ ਖਿਦਮਤ ਵਿੱਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਇਸ ਪਾਕ ਮਹੀਨੇ ਦੇ ਵਿੱਚ ਆਪਣੀਆਂ ਲਿਖੀਆਂ ਹੋਈਆਂ ਕੁਝ ਹਮਦਾ ਤੇ ਨਾਤਾਂ ਲੈ ਕੇ ਹਾਜ਼ਰ ਹੋਇਆ ਔਰ ਤੁਹਾਡੀ ਖਿਦਮਤ ਵਿੱਚ ਪੇਸ਼ ਕਰਦਾ ਮੁਹੰਮਦਿਨ ਵਾਲੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਵੇਖਾ ਗੁੰਬਦ-ਏ ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਹੈ ਜਦੋਂ ਵੇਖਾਂ ਗੁੰਬਦ-ਏ-ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਅੱਖੀਆਂ ਵੀ ਨਾਜ਼ ਕਰਿੰਦੀਆਂ ਨੇ ਗਮ ਕੋਈ ਵੀ ਕੋਲ ਨਾ ਆਂਦਾ ਏ ਜਦੋਂ ਵੇਖਾਂ ਗੁੰਬਦ-ਏ-ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਅੱਖੀਆਂ ਵੀ ਨਾਜ਼ ਕਰਿੰਦੀਆਂ ਨੇ ਗਮ ਕੋਈ ਵੀ ਕੋਲ ਨਾ ਆਂਦਾ ਏ ਲੱਖਾਂ ਕੁਦਸੀ ਮਦੀਨੇ ਆਂਦੇ ਨੇ ਖਾਦਮ ਵੀ ਬਰਾਬਰ ਜਾਂਦੇ ਨੇ ਲੱਖਾਂ ਕੁਝ ਸੀ ਮਦੀਨੇ ਆਂਦੇ ਨੇ ਖਾਦਮ ਵੀ ਬਰਾਬਰ ਜਾਂਦੇ ਨੇ ਬੇਮਿਸਲ ਮਦੀਨੇ ਦੀਆਂ ਗਲੀਆਂ ਬੇਮਿਸਲ ਮਦੀਨੇ ਦੀਆਂ ਗਲੀਆਂ ਰੱਬ ਰੋਜ਼ ਨਾ ਹੋਰ ਬਣਾਦਾ ਏ ਜਦੋਂ ਵੇਖਾਂ ਗੁੰਬਦ-ਏ-ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਮੀਰਾਜ ਦਾ ਵੇਲਾ ਆਇਆ ਸੀ ਅਰਸ਼ਾਂ ਤੇ ਆਪ ਬੁਲਾਇਆ ਸੀ ਮੇਰਾਜ ਦਾ ਵੇਲਾ ਆਇਆ ਸੀ ਅਰਸ਼ਾਂ ਤੇ ਆਪ ਬੁਲਾਇਆ ਸੀ ਐ ਆਮਨਾ ਤੇਰੇ ਲਾਡਲੇ ਦੇ ਐ ਆਮਨਾ ਤੇਰੇ ਲਾਡਲੇ ਦੇ ਰੱਬ ਆਪ ਵੀ ਨਾਜ਼ ਉਠਾਂਦਾ ਏ ਐ ਆਮਨਾ ਤੇਰੇ ਲਾਡਲੇ ਦੇ ਰੱਬ ਆਪ ਵੀ ਨਾਜ਼ ਉਠਾਂਦਾ ਏ ਜਦੋਂ ਵੇਖਾਂ ਗੁੰਬਦ-ਏ-ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਅੱਖੀਆਂ ਵੀ ਨਾਜ਼ ਕਰੇਂਦੀਆਂ ਨੇ ਗਮ ਕੋਈ ਵੀ ਕੋਲ ਨਾ ਆਂਦਾ ਏ ਤੇ ਕਈ ਆਸਾਂ ਲੈ ਕੇ ਆਈਆਂ ਨੇ ਕਈ ਆਸਾਂ ਲੈ ਕੇ ਆਈਆਂ ਨੇ ਬੱਚੇ ਲੈ ਕੇ ਟੁਰੀਆਂ ਦਾਈਆਂ ਨੇ ਕਈ ਆਸਾਂ ਲੈ ਕੇ ਆਈਆਂ ਨੇ ਬੱਚੇ ਲੈ ਕੇ ਟੁਰੀਆਂ ਦਾਈਆਂ ਨੇ ਜਦੋਂ ਸਾਧੀਆਂ ਲਾਲ ਉਠਾਇਆ ਸੀ ਜਦੋਂ ਸਾਧੀਆਂ ਲਾਲ ਉਠਾਇਆ ਸੀ ਫੁੱਲ ਖੁਸ਼ੀਆਂ ਦਾ ਮੁਸਕਾਂਦਾ ਏ ਜਦੋਂ ਵੇਖਾਂ ਗੁੰਬਦ ਦੇ ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਤੇ ਦਾਮ ਖਾਲਕ ਨੇ ਆਪ ਬਣਾਏ ਨੇ ਖਾਲਕ ਨੇ ਆਪ ਬਣਾਏ ਨੇ ਕਈ ਲੱਖ ਪੈਗੰਬਰ ਆਏ ਨੇ ਖਾਲਕ ਨੇ ਆਪ ਬਣਾਏ ਨੇ ਕਈ ਲੱਖ ਪੈਗੰਬਰ ਆਏ ਨੇ ਹੱਥੀਂ ਆਪ ਮੁਹੰਮਦ ਵੰਡਦੇ ਨੇ ਹਥੀ ਆਪ ਮੁਹੰਮਦ ਵੰਡਦੇ ਨੇ ਪਿਆ ਸਾਰਾ ਹੀ ਜੱਗ ਖਾਂਦਾ ਏ ਜਦੋਂ ਵੇਖਾਂ ਗੁੰਬਦ ਖਿਜ਼ਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਤੇ ਮਕਤਾਏ ਕਿ ਦਮਨ ਦਮਨ ਤੇ ਮਜੀਦ ਦਾ ਫਟਿਆ ਏ ਦਮਨ ਤੇ ਮਜੀਦ ਦਾ ਫਟਿਆ ਏ ਦੁਖਾ ਨਾਲ ਇਹ ਸੀਨਾ ਅਟਿਆ ਏ ਦਮਨ ਤੇ ਮਜੀਦ ਦਾ ਫਟਿਆ ਏ ਦੁਖਾ ਨਾਲ ਇਹ ਸੀਨਾ ਅਟਿਆ ਏ ਮੈਂ ਮੱਛਲੀ ਵਾਂਗ ਤੜਫਨਾ ਵਾਂ ਮੈਂ ਮੱਛਲੀ ਵਾਂਗ ਤੜਫਨਾ ਵਾਂ ਜਦੋਂ ਯਾਦ ਮਦੀਨਾ ਆਂਦਾ ਏ ਤੇ ਜਦੋਂ ਵੇਖਾਂ ਗੁੰਬਦ ਖਿਸਰਾ ਨੂੰ ਮੇਰੇ ਦਿਲ ਨੂੰ ਸਕੂਨ ਆ ਜਾਂਦਾ ਏ ਅੱਖੀਆਂ ਵੀ ਨਾਜ਼ ਕਰੇਂਦੀਆਂ ਨੇ ਗਮ ਕੋਈ ਵੀ ਕੋਲ ਨਾ ਆਂਦਾ ਏ ਨਾਜ਼ਰੀਨ ਤੇ ਸਾਮੀਨ ਏਸੀ ਪ੍ਰੋਗਰਾਮ ਜਿਹੜਾ ਐਫਐਮ 95 ਤੇ ਲੋਕ ਸਟੂਡੀਓ ਦੇ ਵਾਸਤੇ ਤਿਆਰ ਕੀਤਾ ਗਿਆ ਔਰ ਇਸ ਪ੍ਰੋਗਰਾਮ ਦਾ ਜਿਹੜਾ ਉਨਵਾਨ ਸੀ ਉਸੇ ਨਬੀ ਰਹਿਮਤ ਹਜ਼ੂਰ ਸੱਲੱਲਾਹੁ ਅਲੈহি ਵਅਲਿ ਸੱਲਮ ਦੀ ਵਿਲਾਦਤ ਬਾ ਸਾਦਤ ਦੇ ਮੌਕੇ ਤੇ ਉਤੇ ਇਹ ਪ੍ਰੋਗਰਾਮ ਜਿਹਦੇ ਵਿੱਚ ਕੁਝ ਨਾ ਤਾਂ ਤਹਿਤ ਲਫ਼ਜ਼ ਤੇ ਮੈਂ ਖੁਦ ਤੁਹਾਡੀ ਖਿਦਮਤ ਚ ਹਾਜ਼ਰ ਹੋ ਕੇ ਤੁਹਾਨੂੰ ਸੁਨਾਈਆਂ ਤੇ ਕੁਝ ਮੈਂ ਤਰਨਮ ਦੇ ਤਰਨਮ ਚ ਤਰਨਮ ਦੇ ਨਾਲ ਤੁਹਾਨੂੰ ਪੜ ਕੇ ਗਾ ਕੇ ਜਿਸ ਤਰ੍ਹਾਂ ਕਿ ਲੋਕੀ ਤਰਨਮ ਦੇ ਨਾਲ ਸੁਣਾਉਂਦੇ ਨੇ ਉਹ ਮੈਂ ਤੁਹਾਨੂੰ ਸੁਨਾਈਆਂ ਤੇ ਉਮੀਦ ਹੈ ਕਿ ਇਹ ਤੁਹਾਨੂੰ ਬਹੁਤ ਅੱਛੀਆਂ ਲੱਗੀਆਂ ਹੋਣਗੀਆਂ ਤੇ ਆਪਣੀਆਂ دعਾਵਾਂ ਚ ਮੈਨੂੰ ਹਮੇਸ਼ਾ ਯਾਦ ਰੱਖਿਓ ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ نبی رحمت ਸੱਲੱਲਾਹੁ ਅਲੈਹਿ ਵਅਲਿ ਸੱਲਮ ਜਿਹੜਾ ਕਿ ਖਾਸ ਤੌਰ ਤੇ ਰਬੀ ਉਲ ਅਵਲ ਦੀ ਮناسبਤ ਨਾਲ ਤਿਆਰ ਕੀਤਾ ਗਿਆ ਸੀ ਆਪਣੇ ਇਖਤਤਾਮ ਨੂੰ ਪਹੁੰਚਿਆ ਤੇ ਅੱਜ ਮੈਨੂੰ ਅੱਜ ਦੇ ਮੈਂ ਅੱਜ ਦੇ ਸ਼ਾਇਰ ਅਬਦุล ਮੁਜੀ ਚਠਾ ਨੂੰ ਇਜਾਜ਼ਤ ਦਿਓ ਰੱਬ ਰੱਖਾ